पांच सात गड्डिया से गिरी है कहते थोड़े साम देखो शीशा टुट गया बंपर है लाख डेढ़ लाख का खर्चा घटो घट गड्डी दे। लुधियाना विच थोड़े ही मीह तो बाद घंटाघर चौंक विच पैंदी पार्किंग दी कंध डिगण दे नाल कई कारां दा नुकसान हो गया। मिली जानकारी अनुसार किताब बाजार विच रोजाना वांग लोकां ने कारां पार्क कीतियां होईयां सी। अचानक पार्किंग दी कंध डिग गई अते उस दा मलबा कारां ते आ डिग्गिया जिस नाल कई कारां नुकसानियां गईयां। मौके ते पहुंचे कार मालका ने कहा कि ओहो पूरी पार्किंग दे पैसे दिंदे हन अते उहनां दी कार दा काफी नुकसान होया जिस दा भुगतान कार पार्किंग ठेकेदार करन। उते ही मौके ते पहुंचे कार पार्किंग दे करिंदियां ने भी कहा कि कई लोग कारां लेके जा चुके हन अते बाकियां नूं भी संतुष्ट किया जाएगा बैठ के समझौता किया जाएगा। ਬਾ ਭਾਈ ਇਹਨਾਂ ਦਾ ਫੋਨ ਹੀ ਆਇਆ ਸਵੇਰੇ ਦੁਪਹਿਰੇ ਹੋਣੀ ਥੋੜ੍ਹੀ ਦੇਰ ਪਹਿਲਾਂ ਘੰਟਾ ਵੀ ਕੰਧ ਗਿਰ ਗਈ ਹੈ ਗੱਡੀ ਦੇ ਉੱਤੇ ਪੰਜ ਸੱਤ ਗੱਡੀਆਂ ਤੇ ਗਿਰੀ ਹੈ ਕਹਿੰਦੇ ਆਹ ਤੁਹਾਡੇ ਸਾਹਮਣੇ ਦੇਖੋ ਸ਼ੀਸ਼ਾ ਟੁੱਟ ਗਿਆ ਬੰਪਰ ਹੈ ਲੱਖ ਡੇਢ ਲੱਖ ਦਾ ਖਰਚਾ ਘੱਟੋ ਘੱਟ ਗੱਡੀ ਦੇ ਪਾਰਕਿੰਗ ਵਾਲੇ ਅਜੇ ਤਾਂ ਕੁਛ ਨਹੀਂ ਕਹਿੰਦੇ ਕੰਪਰੋਮਾਈਜ਼ ਕਰਾਂਗੇ ਬਾਕੀ ਦੇਖੋ ਇਹਨਾਂ ਦਾ ਕੀ ਕਹਿੰਦੇ ਹੁਣ ਕੁਦਰਤੀ ਹੈ ਠੀਕ ਹੈ ਜੀ ਕੁਦਰਤ ਵੱਲੋਂ ਤੁਹਾਡੇ ਸਾਹਮਣੇ ਬਰਸਾਤੀ ਮੌਸਮ ਹੈ ਠੀਕ ਹੈ ਜੀ ਦੀਵਾਰ ਗਿਰ ਗਈ ਹੈ ਨਾਲ ਡੰਪ ਹੈ ਸਰਕਾਰੀ ਕੰਧ ਡਿੱਗ ਗਈ ਹੈ ਇਧਰਲੇ ਪਾਸੇ ਗੱਡੀਆਂ ਖੜੀਆਂ ਬਾਕੀ ਰੋਲੇ ਵਾਲਾ ਕੋਈ ਕੰਮ ਨਹੀਂ ਕਿਉਂਕਿ ਪ੍ਰੋਪਰ ਮਾਰਕੀਟ ਦੀ ਪਾਰਕਿੰਗ ਹੈ ਇਹ ਮਾਰਕੀਟ ਦੀਆਂ ਗੱਡੀਆਂ ਖੜੀਆਂ ਜ਼ਿਆਦਾਤਰ ਮਾਰਕੀਟ ਵਾਲੇ ਹੈ ਉਹ ਗੱਡੀਆਂ ਲੈ ਵੀ ਗਏ ਆਪਣੇ ਉਹ ਤਾਂ ਆਪਾਂ ਕੰਪਰੋਮਾਈਜ਼ ਉਹਨਾਂ ਨਾਲ ਪੂਰਾ ਕੰਪਰੋਮਾਈਜ਼ ਕੀਤਾ ਦੇਖੋ ਸਾਡੇ ਜੇ ਕੰਪਰੋਮਾਈਜ਼ ਕੀਤਾ ਤਾਂ ਹੀ ਗੱਡੀਆਂ ਲੈ ਕੇ ਗਏ ਨਾ ਅਗਲੇ ਥਾਰ ਸੀ ਨਿਊ ਸਾਰੀਆਂ ਗੱਡੀਆਂ ਲੈ ਗਏ ਅਗਲੇ ਅਲੇ ਇਨਸ਼ੋਰਡ ਗੱਡੀਆਂ ਸਾਰੀਆਂ ਕਰਕੇ ਇਹਨਾਂ ਨੂੰ ਹੁਣ ਇਹਨਾਂ ਦੀ ਗੱਡੀ ਇਹਨਾਂ ਨਿਊ ਪਾਸ ਸੀਗਾ ਠੀਕ ਹੈ ਜੀ ਇਹਨਾਂ ਨੂੰ ਬੁਲਾਇਆ ਸਪੈਸ਼ਲ ਆਹ ਫੋਨ ਕੀਤਾ ਜੀ ਤੁਹਾਨੂੰ ਇਹ ਤਾਂ ਨਹੀਂ ਗਲਤ ਪੋਤਿਆ ਨਾ ਗਲਤ ਗੱਡੀ ਤਾਂ ਨਹੀਂ ਕੀਤਾ ਤੁਹਾਨੂੰ ਆਹ ਫੋਨ ਕਰਕੇ ਬੁਲਾਇਆ ਨਾ ਜਿੱਦਾਂ ਵੀ ਹੋਇਆ ਆਪਾਂ ਨਾਲ ਇਹਨਾਂ ਕੋਆ ਤਿੰਨ ਹੀ ਰਹਿ ਗਈਆਂ ਬਾਕੀ ਚਲ ਗਈਆਂ ਕਿਉਂਕਿ ਅਗਲੇ ਆਏ ਇਨਸ਼ੋਰਡ ਵਾਲੇ ਆ ਕੇ ਲੈ ਗਏ ਗੱਡੀਆਂ ਸਾਰੀਆਂ। ਭਰਤ ਸ਼ਰਮਾ ਦੀ ਰਿਪੋਰਟ ਦ ਸਮਰ ਨਿਊਜ਼।